ਹਾਂਜੀ ਕਿਦਾਂ ਜੀ ਸਾਰੇ, ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਆਪਣਾ ਜਸਪ੍ਰੀਤ ਅਤੇ ਅੱਜ ਤੁਹਾਡੇ ਲਈ ਲੈ ਕੇ ਆਏ ਵੀਡੀਓ। ਕਹਿੰਦੇ ਵੀ ਜਿਹੜੀ ਆਸਟ੍ਰੇਲੀਆ ਦੀ ਫੀਸਾਂ ਬਹੁਤ ਜ਼ਿਆਦਾ ਮਹਿੰਗੀਆਂ ਨੇ ਸਟੂਡੈਂਟ ਵੀਜ਼ੇ ਦੀ, ਹਾਂਜੀ ਅਤੇ ਇਸੇ ਚੀਜ਼ ਨੂੰ ਧਿਆਨ ਰੱਖਦੇ ਹੋਏ ਅਸੀਂ ਤੁਹਾਡੇ ਲਈ ਲੈ ਕੇ ਆਏ ਵੀਡੀਓ, ਜਿਹਦੇ 'ਚ ਆਪਾਂ ਗੱਲ ਕਰਾਂਗੇ ਵੀ ਜਿਹੜੀ ਤੁਹਾਡੀ ਸਕੋਲਰਸ਼ਿਪ ਆ 100% ਜਿਹੜੀ ਤੁਹਾਡੀ ਫੀਸ ਆ ਯੂਨੀਵਰਸਿਟੀ ਪੇ ਕਰੂਗੀ। ਹਾਂਜੀ ਤੁਹਾਨੂੰ ਬਿਲਕੁਲ ਵੀ ਫੀਸ ਪੇ ਕਰਨ ਦੀ ਲੋੜ ਨਹੀਂ, ਜਿਹੜੀ ਸਾਰੀ ਫੀਸ ਹੋਊਗੀ ਤੁਹਾਡੀ ਯੂਨੀਵਰਸਿਟੀ ਵੱਲੋਂ ਪੇ ਕੀਤੀ ਜਾਊਗੀ। ਕੁਛ ਯੂਨੀਵਰਸਿਟੀਆਂ ਵੀ ਹੈ ਇੱਦਾਂ ਦੀ ਵੀ ਹੈਗੀ ਨੇ ਜਿਹੜੀ 50% ਪੇ ਕਰਦੀਆਂ ਨੇ, ਪਰ ਉਹ ਜਿਹੜੀ ਤੁਹਾਡੀ ਕੋਮਪੀਟੀਸ਼ਨ ਹੈ ਪਲੱਸ ਉਹ ਤੁਹਾਨੂੰ 1.5 ਲੱਖ ਰੁਪਇਆ ਤੁਹਾਨੂੰ ਇੰਟਰਨੈਸ਼ਨਲ ਜਿਹੜੇ ਸਟੂਡੈਂਟ ਆ ਉਹਨਾਂ ਨੂੰ ਪੇ ਕਰੂਗੀ। ਹਾਂਜੀ ਅਤੇ ਇਸੇ ਟੋਪਿਕ ਬਾਰੇ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ, ਜਿਹਦੇ ਵਿੱਚ ਤੁਹਾਨੂੰ ਸਾਰਾ ਸਮਝਾਇਆ ਜਾਊਗਾ ਵੀ ਕੀ ਉਹਦੇ ਵਿੱਚ ਹੈਗਾ ਜਾਂ ਕਿੱਦਾਂ ਕਿੱਦਾਂ ਤੁਸੀਂ ਅਪਲਾਈ ਕਰ ਸਕਦੇ ਹੋ ਅਤੇ ਕਿਹੜੀਆਂ ਜੋ ਸਕੀਮਾਂ ਨੇ ਜਿਹੜੀਆਂ ਗੌਰਮੈਂਟ ਵੱਲੋਂ ਚਲਾਈਆਂ ਗਈਆਂ ਨੇ। ਹਾਂਜੀ ਅਤੇ ਆ ਜਾਓ ਕਰਦੇ ਹਾਂ ਵੀਡੀਓ ਸ਼ੁਰੂ। ਹਾਂਜੀ ਗੱਲ ਕਰੀਏ ਸਾਰਿਆਂ ਨਾਲੋਂ ਪਹਿਲਾਂ ਜਿਹੜਾ ਆਪਣੀ ਸਕੋਲਰਸ਼ਿਪ ਆਉਂਦੀ ਹੈ ਉਹ ਟੈਕ ਇਨ ਵਾਈਸ ਚਾਂਸਲਰ ਇੰਟਰਨੈਸ਼ਨਲ ਸਕੋਲਰਸ਼ਿਪ ਹੈ। ਹਾਂਜੀ ਅਤੇ ਜੇ ਗੱਲ ਕਰੀਏ ਬੈਨੀਫਿਟ ਦੀ, ਜਿਹੜੀ ਤੁਹਾਡੀ ਫੀਸ ਆ ਸਾਰੀ ਪੇ ਆਫ ਹੋਊਗੀ, ਤੁਹਾਨੂੰ ਕੋਈ ਵੀ ਫੀਸ ਪੇ ਕਰਨ ਦੀ ਲੋੜ ਨਹੀਂ। ਬਟ ਜਿਹੜੀ ਅਕੋਮੋਡੇਸ਼ਨ ਹੋਊਗੀ ਉਹ ਕੈਂਪਸ ਦੇ ਵਿੱਚ ਅਵੇਲੇਬਲ ਹੋਊਗੀ, ਪਰ ਅਕੋਮੋਡੇਸ਼ਨ ਦੇ ਪੈਸੇ ਤੁਹਾਨੂੰ ਖੁਦ ਦੇਣੇ ਪੈਣਗੇ। ਅਤੇ ਜੇ ਆਪਾਂ ਗੱਲ ਕਰੀਏ ਐਲੀਜੀਬਿਲਟੀ ਦੀ, ਐਲੀਜੀਬਿਲਟੀ ਵਾਸਤੇ ਤੁਹਾਨੂੰ ਐਟਲੀਸਟ 85% ਨੰਬਰ ਜਿਹੜੇ ਤੁਹਾਡੇ ਸਬਜੈਕਟ ਦੇ ਵਿੱਚ ਚਾਹੀਦੇ ਨੇ ਓਵਰਆਲ ਦੇ ਵਿੱਚ, ਮਤਲਬ ਈਚ ਮੋਡਿਊਲ ਦੇ ਵਿੱਚ 85 ਜਾਂ 85 ਨਾਲੋਂ ਵੱਧ ਹੋਣੇ ਚਾਹੀਦੇ ਆ। ਅਤੇ ਗੱਲ ਕਰੀਏ ਆਪਾਂ ਸੀਟਾਂ ਦੀ, ਸੀਟਾਂ ਲਿਮਿਟਡ ਸੀਟਾਂ ਹੀ ਅਵੇਲੇਬਲ ਹੈ। ਹਾਂਜੀ ਜੇ ਗੱਲ ਕਰੀਏ ਤੁਹਾਨੂੰ ਇਸ ਸਕੋਲਰਸ਼ਿਪ ਲਈ ਤੁਹਾਨੂੰ ਅਪਲਾਈ ਕਰਨਾ ਪੈਣਾ, ਜੇ ਤੁਸੀਂ ਅਪਲਾਈ ਕਰਕੇ ਜੇ ਤੁਹਾਡਾ ਅਪਰੂਵ ਹੋ ਜਾਂਦਾ ਫਿਰ ਸਮਝ ਲਓ ਤੁਹਾਡੇ ਨਜ਼ਾਰੇ ਹੀ ਨਜ਼ਾਰੇ ਆ। ਹਾਂਜੀ ਅਤੇ ਜੇ ਦੂਜੇ ਨੰਬਰ 'ਤੇ ਆਪਾਂ ਗੱਲ ਕਰੀਏ ਮਨਾਸ਼ ਇੰਟਰਨੈਸ਼ਨਲ ਸਕੋਲਰਸ਼ਿਪ ਹੈ, ਜਿਹਦੇ ਵਿੱਚ ਆਪਾਂ ਗੱਲ ਕਰੀਏ ਬੈਨੀਫਿਟ ਦੀ, ਜਿਹੜੀ ਤੁਹਾਡੀ ਇਹਦੇ ਵਿੱਚ ਵੀ ਜਿਹੜੀ ਸਾਰੀ ਟਿਊਸ਼ਨ ਫੀਸ ਆ ਉਹ ਤੁਹਾਡੀ ਮਾਫ਼ ਕੀਤੀ ਜਾਊਗੀ ਯੂਨੀਵਰਸਿਟੀ ਵੱਲੋਂ। ਅਤੇ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਐਲੀਜੀਬਿਲਟੀ ਵਾਸਤੇ ਤੁਹਾਡੀ ਜਿਹੜੀ ਪ੍ਰੀਵੀਅਸ ਸਟੱਡੀ ਹੈ ਇਹਦੇ ਵਿੱਚ ਤੁਹਾਨੂੰ 75% ਮਾਰਕਸ ਚਾਹੀਦੇ ਨੇ। ਅਤੇ ਜੇ ਆਪਾਂ ਗੱਲ ਕਰੀਏ ਸਟੂਡੈਂਟ ਹੈ, ਜਿਹੜੇ ਸਟੂਡੈਂਟ ਇਹਦੇ 'ਚ ਅਪਲਾਈ ਕਰ ਸਕਦੇ ਨੇ ਬੈਚਲਰ ਆਫ ਮੈਡੀਕਲ ਸਾਇੰਸ ਵਾਲੇ, ਡਾਕਟਰ ਆਫ ਮੈਡੀਸਨ ਅਤੇ ਇੱਕ MBA ਵਾਲੇ ਜਿਹੜੇ ਸਟੂਡੈਂਟ ਆ ਉਹ ਇਹ ਚੀਜ਼ 'ਚ ਅਪਲਾਈ ਕਰ ਸਕਦੇ ਆ। ਅਤੇ ਜੇ ਤੁਹਾਡਾ ਇਹਦੇ 'ਚ ਵੀ ਸੇਮ ਪ੍ਰੋਸੀਜਰ ਆ ਤੁਹਾਨੂੰ ਪਹਿਲਾਂ ਅਪਲਾਈ ਕਰਨਾ ਪੈਂਦਾ ਹੈ, ਜੇ ਤੁਸੀਂ ਅਪਰੂਵ ਕਰ ਦਿੰਦੇ ਤੁਹਾਡੇ ਇਹਦੇ 'ਚ ਵੀ ਨਜ਼ਾਰੇ ਹੀ ਨਜ਼ਾਰੇ ਹੋਏ ਨੇ। ਹਾਂਜੀ ਅਤੇ ਜੇ ਤੀਜੇ ਨੰਬਰ 'ਤੇ ਗੱਲ ਕਰੀਏ ਜੇਮਸ ਕੁੱਕ ਯੂਨੀਵਰਸਿਟੀ ਵਾਈਸ ਚਾਂਸਲਰ ਸਕੋਲਰਸ਼ਿਪ ਆਉਂਦੀ ਹੈ, ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੇ ਅੰਡਰ ਗ੍ਰੈਜੂਏਟ ਸਟੂਡੈਂਟ ਆ ਉਹਨਾਂ ਵਾਸਤੇ ਸਪੈਸ਼ਲੀ ਔਫਰ ਆ। ਇਹ ਤੁਹਾਨੂੰ ਫੁੱਲ ਕੋਰਸ ਦੇ ਵਿੱਚ ਜਿਹੜਾ ਬੈਨੀਫਿਟ ਦੇਣਗੇ ਉਹਦੇ ਵਿੱਚ ਤੁਹਾਨੂੰ 20 ਲੱਖ ਰੁਪਇਆ ਇੰਡੀਅਨ ਰੁਪੀਸ ਦੇ ਹਿਸਾਬ ਨਾਲ ਦਿੱਤੇ ਜਾਣਗੇ। ਅਤੇ ਜੇ ਆਪਾਂ ਗੱਲ ਕਰੀਏ ਜਿਹੜੇ ਨਹੀਂ ਅਪਲਾਈ ਕਰ ਸਕਦੇ, ਮੈਡੀਕਲ ਲਾਈਨ ਵਾਲੇ ਅਪਲਾਈ ਨਹੀਂ ਕਰ ਸਕਦੇ ਅਤੇ ਡਾਕਟਰ ਲਾਈਨ ਵਾਲੇ ਅਪਲਾਈ ਨਹੀਂ ਕਰ ਸਕਦੇ, ਬਾਕੀ ਸਾਰੇ ਅਪਲਾਈ ਕਰ ਸਕਦੇ ਆ। ਹਾਂਜੀ ਅਤੇ ਗੱਲ ਕਰੀਏ ਚੌਥੇ ਨੰਬਰ 'ਤੇ ਜਿਹੜੇ ਆਉਂਦੇ ਆ ਗ੍ਰੈਜੂਏਟ ਰਿਸਰਚ ਸਕੋਲਰਸ਼ਿਪ ਵਾਲੇ ਆ ਜਾਂਦੇ ਆ। ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਜਿਹੜੀ ਤੁਹਾਡੇ ਬੈਨੀਫਿਟਸ ਦੀ, ਅਤੇ 50% ਫੀਸ ਜਿਹੜੀ ਤੁਹਾਡੀ ਯੂਨੀਵਰਸਿਟੀ ਵੱਲੋਂ ਮਾਫ਼ ਕੀਤੀ ਜਾਊਗੀ, ਅਤੇ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਵੀ ਤੁਹਾਡੀ ਯੂਨੀਵਰਸਿਟੀ ਵੱਲੋਂ ਪੇ ਕੀਤੀ ਜਾਊਗੀ। ਜੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਤੁਸੀਂ ਇੰਟਰਨੈਸ਼ਨਲ ਤੋਂ ਯੂਨੀਵਰਸਿਟੀ ਦੇ ਵਿੱਚ ਮੂਵ ਕਰਦੇ ਆ, ਅਤੇ ਜਿਹੜੀ ਯੂਨੀਵਰਸਿਟੀ ਤੁਹਾਨੂੰ 1.5 ਲੱਖ ਰੁਪਇਆ ਇੰਡੀਅਨ ਰੁਪੀਸ ਦੇ ਹਿਸਾਬ ਨਾਲ ਦੇਣਗੇ, ਉਹ ਸਿਰਫ PhD ਵਾਲੇ ਸਟੂਡੈਂਟ ਜਿਹੜੇ ਆ ਕਲੇਮ ਕਰ ਸਕਦੇ ਆ। ਹਾਂਜੀ ਜੇ ਗੱਲ ਕਰੀਏ ਐਲੀਜੀਬਿਲਟੀ ਸਟੂਡੈਂਟ, ਉਹਦੇ ਵਿੱਚ ਆਉਂਦੇ ਆ ਗ੍ਰੈਜੂਏਟ ਰਿਸਰਚ ਬੇਸਡ ਜਿਹੜੇ ਸਟੂਡੈਂਟ ਆ ਅਤੇ PhD ਵਾਲੇ ਸਟੂਡੈਂਟ ਆ, ਉਹ ਇਸ ਲਈ ਐਲੀਜੀਬਲ ਨੇ, ਉਹ ਜਾ ਕੇ ਅਪਲਾਈ ਕਰ ਸਕਦੇ ਨੇ। ਸੇਮ ਪ੍ਰੋਸੀਜਰ ਆ ਜਿਵੇਂ ਬਾਕੀ ਦੀ ਤਰ੍ਹਾਂ। ਹਾਂਜੀ ਅਤੇ ਪੰਜਵੇਂ ਨੰਬਰ 'ਤੇ ਆਉਂਦੀ ਆ ਯੂਨੀਵਰਸਿਟੀ ਆਫ ਸਿਡਨੀ, ਡਾਕਟਰ ਅਬਦੁਲ ਕਲਾਮ ਇੰਟਰਨੈਸ਼ਨਲ ਪੋਸਟ ਗ੍ਰੈਜੂਏਟ ਸਕੋਲਰਸ਼ਿਪ। ਹਾਂਜੀ ਅਤੇ ਜੇ ਆਪਾਂ ਕਰਦੇ ਹਾਂ ਐਲੀਜੀਬਿਲਟੀ ਦੀ ਗੱਲ, ਇਹਦੇ ਵਿੱਚ ਜਿਹੜੇ ਆਪਣੇ ਪੋਸਟ ਗ੍ਰੈਜੂਏਟ ਵਾਲੇ ਸਟੂਡੈਂਟ ਆ ਉਹ ਐਲੀਜੀਬਲ ਹੈਗੇ ਆ, ਪਰ ਜਿਹੜੇ ਤੁਹਾਡੇ ਨੰਬਰ ਹੈ 75% ਜਿਹੜੀ ਪ੍ਰੀਵੀਅਸ ਸਟੱਡੀ ਦੇ ਵਿੱਚ ਹੋਣੇ ਚਾਹੀਦੇ ਆ। ਹਾਂਜੀ ਅਤੇ ਜੇ ਆਪਾਂ ਗੱਲ ਕਰੀਏ ਬੈਨੀਫਿਟ ਦੀ, ਬੈਨੀਫਿਟ ਇਹਦੇ ਵਿੱਚ ਹੈਗਾ ਜਿਹੜੀ ਤੁਹਾਡੀ 50% ਫੀਸ ਆ ਪੇ ਆਫ ਹੋਊਗੀ ਪਹਿਲੇ ਸਾਲ ਦੇ ਵਿੱਚ। ਹਾਂਜੀ ਇਹਦਾ ਵੀ ਪ੍ਰੋਸੀਜਰ ਸੇਮ ਹੈ, ਪਹਿਲਾਂ ਤੁਹਾਨੂੰ ਅਪਲਾਈ ਕਰਨਾ ਪਊਗਾ, ਅਪਲਾਈ ਜੇ ਤੁਹਾਡਾ ਅਪਰੂਵ ਹੋ ਜਾਂਦਾ ਆ ਤੁਸੀਂ ਇਸ ਚੀਜ਼ ਲਈ ਐਲੀਜੀਬਲ ਹੋ ਸਕਦੇ ਆ। ਹਾਂਜੀ ਅਤੇ ਆਪਾਂ ਜਿੰਨੀ ਵੀ ਸਕੋਲਰਸ਼ਿਪ ਦੀ ਗੱਲ ਕੀਤੀ ਆ ਇਹਨਾਂ ਸਾਰਿਆਂ ਦੇ ਲਿੰਕ ਮੈਂ ਆਪਣੇ ਡਿਸਕ੍ਰਿਪਸ਼ਨ 'ਚ ਦਿੱਤੇ ਆ, ਤੁਸੀਂ ਜਾ ਕੇ ਦੇਖ ਸਕਦੇ ਆ, ਤੁਸੀਂ ਅਪਲਾਈ ਵੀ ਕਰ ਸਕਦੇ ਹੋ, ਤੁਸੀਂ ਦੇਖ ਸਕਦੇ ਆ ਕਿਵੇਂ ਕਿਵੇਂ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਆ। ਅਤੇ ਬਾਕੀ ਜੇ ਤੁਸੀਂ ਇਸ ਬਾਰੇ ਆਪਣੇ ਏਜੰਟਾਂ ਨੂੰ ਜਾ ਕੇ ਜ਼ਰੂਰ ਪੁੱਛੋ, ਜੇ ਤੁਸੀਂ ਐਲੀਜੀਬਲ ਹੈਗੇ ਆ ਤਾਂ ਜ਼ਰੂਰ ਜਾ ਕੇ ਇਸ ਚੀਜ਼ ਦਾ ਫਾਇਦਾ ਉਠਾਓ। ਅਤੇ ਆਈ ਹੋਪ ਇਹ ਤੁਹਾਡੀ ਵੀਡੀਓ ਹੈਲਪ ਕਰੂਗੀ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਜਾ ਕੇ ਮੇਰਾ ਚੈਨਲ ਸਬਸਕ੍ਰਾਈਬ ਕਰੋ, ਦੇਖੋ। ਜੇ ਤੁਸੀਂ ਵਲੌਗ 'ਚ ਇੰਟਰਸਟਡ ਆ, ਮੈਂ ਕਾਫੀ ਵਲੌਗ ਆਪਣੇ ਚੈਨਲ 'ਤੇ ਪਾਏ ਹੋਏ ਆਸਟ੍ਰੇਲੀਆ ਦੇ, ਉੱਤੇ ਜਾ ਕੇ ਉਹ ਵੀ ਜ਼ਰੂਰ ਚੈੱਕਆਊਟ ਕਰਿਓ। ਬਾਕੀ ਆਪਾਂ ਇੱਦਾਂ ਹੀ ਵੀਡੀਓ ਬਣਾਉਂਦੇ ਰਹਾਂਗੇ, ਅਤੇ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ। ਥੈਂਕ ਯੂ ਸੋ ਮਚ ਜੀ, ਬਾਏ।